ਤੁਸੀਂ ਜਦੋਂ ਇਹ ਹੈਸ਼ਟੈਗ ਮੁਹਿੰਮ ਦੀ ਸ਼ੁਰੂਆਤ ਕੀਤੀ ਤੁਹਾਡੇ ਇਸ ਫਿਲਮ ਇੰਡਸਟਰੀ ਜਾਂ 뮤ਜ਼ਿਕ ਇੰਡਸਟਰੀ ਦੇ ਕਈ ਸਤਾਰਿਆਂ ਨਾਲ ਗੱਲਬਾਤ ਵੀ ਹੋਈ ਹੋਣੀ ਹੈ ਆ ਜੀ ਬੜੀ ਅਫਸੋਸ ਦੀ ਗੱਲ ਹੈ ਕਿ ਮੈਨੂੰ ਸਿਰਫ ਗੁਲਾਬ ਸਿੱਧੂ ਦਾ ਮੈਸੇਜ ਆਇਆ ਹੋਰ ਕਿਸੇ ਦਾ ਮੈਸੇਜ ਨਹੀਂ ਆਇਆ ਬੜੇ ਹੀ ਅਫਸੋਸ ਦੀ ਗੱਲ ਹੈ ਮੈਂ ਐਕਸਪੈਕਟ ਕਰ ਰਹੀ ਸੀ ਸਾਰੇ ਮੈਨੂੰ ਜਾਣਦੇ ਆ ਸਾਰਿਆਂ ਦੇ ਨਾਲ ਮੈਂ ਰਾਪਤੇ ਦੇ ਵਿੱਚ ਹੈਗੀਆਂ ਸਭ ਦੇ ਨਾਲ ਕੰਟੈਕਟ ਦੇ ਵਿੱਚ ਹੈਗੀਆਂ ਪਰ ਕਿਸੇ ਵੀ ਇੱਕ ਬੰਦੇ ਨੇ ਇਹ ਨਹੀਂ ਕਿਹਾ ਕਿ ਰਪਿੰਦਰ ਠੀਕ ਹੈ ਤੁਸੀਂ ਸ਼ੁਰੂ ਕਰ ਲਿਆ ਤੁਸੀਂ ਉਹਨਾਂ ਦੇ ਨਾਲ ਖੜੋ ਜਾ ਕੇ ਅਸੀਂ ਬਾਹਰ ਹੈਗੇ ਆ ਅਸੀਂ ਆਉਨੇ ਆ ਆਵਾਂਗੇ ਤੇ ਅਸੀਂ ਤੁਹਾਡੇ ਨਾਲ ਖੜਾਂਗੇ ਕੀ ਅਸੀਂ ਸਾਡੇ ਵਿੱਚ ਇੰਨੀ ਇਮੋਸ਼ਨਲੈਸ ਅਸੀਂ ਹੋ ਗਏ ਆ ਅਸੀਂ ਹਾਰਟਲੈਸ ਹੋ ਗਏ ਆ ਕਿ ਅਸੀਂ ਇੱਕ ਫੋਨ ਕਾਲ ਜਾਂ ਇੱਕ ਮੈਸੇਜ ਕਰਨ ਦੇ ਵਿੱਚ ਅਸੀਂ ਬੜਾ ਸਾਨੂੰ ਤੰਗੀ ਮਹਿਸੂਸ ਹੁੰਦੀ ਆ ਤੁਸੀਂ ਉੱਤੋਂ ਉੱਤੋਂ ਹੀ ਕਹਿ ਦਿਓ ਤੁਸੀਂ ਉੱਪਰੋਂ ਉੱਪਰੋਂ ਹੀ ਕਹਿ ਦਿਓ ਕਿ ਹਾਂ ਅਸੀਂ ਨਾਲ ਆ ਅ ਉਸ ਤੋਂ ਬਾਅਦ ਸਿਰਫ ਇੱਕ ਪੋਸਟ ਪਾ ਕੇ ਕੈਂਡਲ ਮਾਰਚ ਦੀ ਔਰ ਤੁਹਾਡਾ ਕੰਮ ਫਿਨਿਸ਼ ਐ ਨਹੀਂ ਹੁੰਦਾ ਸੋ ਸਾਨੂੰ ਠੀਕ ਹੈ ਫਿਰ ਇਸ਼ਤਿਆਰ ਰਹੀਏ ਅਗਰ ਅੱਜ ਨਹੀਂ ਤੁਸੀਂ ਖੜ ਸਕਦੇ ਨਾਲ ਤੇ ਫਿਰ ਜਦੋਂ ਤੁਹਾਡੇ ਨਾਲ ਐਵੇਂ ਹੋਊਗਾ ਤੁਹਾਡੇ ਨਾਲ ਵੀ ਕੋਈ ਨਹੀਂ ਖੜੂਗਾ ਕਿਉਂਕਿ ਇਹ ਤਾਂ ਐਸੀ ਚੀਜ਼ ਹੈਗੀ ਆ ਇੱਕ ਤੋਂ ਬਾਅਦ ਇੱਕ ਹਰ ਇੱਕ ਆਰਟਿਸ ਇਸ ਚੀਜ਼ ਦੇ ਵਿੱਚ ਯੂ نو ਐਂਡਰਜ ਹੋਇਆ ਕਿਸੇ ਨਾ ਕਿਸੇ ਤਰੀਕੇ ਨਾਲ ਬਹੁਤ ਸਾਰੇ ਕਲਾਕਾਰਾਂ ਨੂੰ ਤੁਸੀਂ ਪਾਸ ਦੇ ਵਿੱਚ ਚਲੋ ਪਰਮੇਸ਼ਵਰਵਾਂ ਨੂੰ ਅਰੇਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਇਲਾਵਾ ਹੋਰ بڑے ਨਾਮ ਨੇ ਜਿਨ੍ਹਾਂ ਦਾ ਕਈਆਂ ਦੀ ਗੱਲ ਬਾਤ ਆ ਗਈ ਕਈਆਂ ਨੂੰ ਪੂਕਿਆਂ ਦੀ ਪਤਾ ਨਹੀਂ ਲੱਗੀ ਸੋ ਕਿਤੇ ਨਾ ਕਿਤੇ ਹਰੈਸਮੈਂਟ ਹਰ ਇੱਕ ਬੰਦੇ ਹਰ ਇੱਕ ਤੋਂ ਫਰੋਤੀ ਦੀ ਮੰਗ ਹੁੰਦੀ ਆ ਰਹੀ ਹੈ ਤੁਸੀਂ ਜਦੋਂ ਇਹ ਹੈਸ਼ਟੈਗ ਮੁਹਿੰਮ ਦੀ ਸ਼ੁਰੂਆਤ ਕੀਤੀ ਤੁਹਾਡੇ ਇਸ ਫਿਲਮ ਇੰਡਸਟਰੀ ਜਾਂ 뮤ਜ਼ਿਕ ਇੰਡਸਟਰੀ ਦੇ ਕਈ ਸਤਾਰਿਆਂ ਨਾਲ ਗੱਲਬਾਤ ਵੀ ਹੋਈ ਹੋਣੀ ਹੈ ਆ ਜੀ ਬੜੀ ਅਫਸੋਸ ਦੀ ਗੱਲ ਹੈ ਕਿ ਮੈਨੂੰ ਸਿਰਫ ਗੁਲਾਬ ਸਿੱਧੂ ਦਾ ਮੈਸੇਜ ਆਇਆ ਹੋਰ ਕਿਸੇ ਦਾ ਮੈਸੇਜ ਨਹੀਂ ਆਇਆ ਬੜੇ ਹੀ ਅਫਸੋਸ ਦੀ ਗੱਲ ਹੈ ਮੈਂ ਐਕਸਪੈਕਟ ਕਰ ਰਹੀ ਸੀ ਸਾਰੇ ਮੈਨੂੰ ਜਾਣਦੇ ਆ ਸਾਰਿਆਂ ਦੇ ਨਾਲ ਮੈਂ ਰਾਪਤੇ ਦੇ ਵਿੱਚ ਹੈਗੀਆਂ ਸਭ ਦੇ ਨਾਲ ਕੰਟੈਕਟ ਦੇ ਵਿੱਚ ਹੈਗੀਆਂ ਪਰ ਕਿਸੇ ਵੀ ਇੱਕ ਬੰਦੇ ਨੇ ਇਹ ਨਹੀਂ ਕਿਹਾ ਕਿ ਰਪਿੰਦਰ ਠੀਕ ਹੈ ਤੁਸੀਂ ਸ਼ੁਰੂ ਕਰ ਲਿਆ ਤੁਸੀਂ ਉਹਨਾਂ ਦੇ ਨਾਲ ਖੜੋ ਜਾ ਕੇ ਅਸੀਂ ਬਾਹਰ ਹੈਗੇ ਆ ਅਸੀਂ ਆਉਨੇ ਆ ਆਵਾਂਗੇ ਤੇ ਅਸੀਂ ਤੁਹਾਡੇ ਨਾਲ ਖੜਾਂਗੇ ਕਿ ਅਸੀਂ ਸਾਡੇ ਵਿੱਚ ਇੰਨੀ ਇਮੋਸ਼ਨਲੈਸ ਸੀ ਹੋ ਗਏ ਆ ਅਸੀਂ ਹਾਰਟਲੈਸ ਹੋ ਗਏ ਆ ਕਿ ਅਸੀਂ ਇੱਕ ਫੋਨ ਕਾਲ ਜਾਂ ਇੱਕ ਮੈਸੇਜ ਕਰਨ ਦੇ ਵਿੱਚ ਅਸੀਂ ਬੜਾ ਸਾਨੂੰ ਤੰਗੀ ਮਹਿਸੂਸ ਹੁੰਦੀ ਆ ਤੁਸੀਂ ਉੱਤੋਂ-ਉੱਤੋਂ ਹੀ ਕਹਿ ਦਿਓ ਤੁਸੀਂ ਉੱਪਰੋਂ-ਉੱਪਰੋਂ ਹੀ ਕਹਿ ਦਿਓ ਕਿ ਹਾਂ ਅਸੀਂ ਨਾਲ ਆ ਅ ਉਸ ਤੋਂ ਬਾਅਦ ਸਿਰਫ ਇੱਕ ਪੋਸਟ ਪਾ ਕੇ ਕੈਂਡਲ ਮਾਰਚ ਦੀ ਔਰ ਤੁਹਾਡਾ ਕੰਮ ਫਿਨਿਸ਼ ਐ ਨਹੀਂ ਹੁੰਦਾ ਸੋ ਸਾਨੂੰ ਠੀਕ ਹੈ ਫਿਰ ਇਸ਼ਤਿਆਰ ਰਹੀਏ ਅਗਰ ਅੱਜ ਨਹੀਂ ਤੁਸੀਂ ਖੜ ਸਕਦੇ ਨਾਲ ਤੇ ਫਿਰ ਜਦੋਂ ਤੁਹਾਡੇ ਨਾਲ ਐਵੇਂ ਹੋਊਗਾ ਤੁਹਾਡੇ ਨਾਲ ਵੀ ਕੋਈ ਨਹੀਂ ਖੜੂਗਾ ਕਿਉਂਕਿ ਇਹ ਤਾਂ ਐਸੀ ਚੀਜ਼ ਹੈਗੀ ਆ ਇੱਕ ਤੋਂ ਬਾਅਦ ਇੱਕ ਹਰ ਇੱਕ ਆਰਟਿਸ ਇਸ ਚੀਜ਼ ਦੇ ਵਿੱਚ ਯੂ نو ਐਂਡਰਜ ਹੋਇਆ ਕਿਸੇ ਨਾ ਕਿਸੇ ਤਰੀਕੇ ਨਾਲ ਬਹੁਤ ਸਾਰੇ ਕਲਾਕਾਰਾਂ ਨੂੰ ਤੁਸੀਂ ਪਾਸ ਦੇ ਵਿੱਚ ਚਲੋ ਪਰਮੇਸ਼ਵਰਵਾਂ ਨੂੰ ਅਰੇਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਇਲਾਵਾ ਹੋਰ بڑے ਨਾਮ ਨੇ ਜਿਨ੍ਹਾਂ ਦਾ ਕਈਆਂ ਦੀ ਗੱਲ ਬਾਤ ਆ ਗਈ ਕਈਆਂ ਨੂੰ ਪੂਕਿਆਂ ਦੀ ਪਤਾ ਨਹੀਂ ਲੱਗੀ ਸੋ ਕਿਤੇ ਨਾ ਕਿਤੇ ਹਰੈਸਮੈਂਟ ਹਰ ਇੱਕ ਬੰਦੇ ਹਰ ਇੱਕ ਤੋਂ ਫਰੋਤੀ ਦੀ ਮੰਗ ਹੁੰਦੀ ਆ ਰਹੀ ਹੈ ਤੁਸੀਂ ਜਦੋਂ ਇਹ ਹੈਸ਼ਟੈਗ ਮੁਹਿੰਮ ਦੀ ਸ਼ੁਰੂਆਤ ਕੀਤੀ ਤੁਹਾਡੇ ਇਸ ਫਿਲਮ ਇੰਡਸਟਰੀ ਜਾਂ 뮤ਜ਼ਿਕ ਇੰਡਸਟਰੀ ਦੇ ਕਈ ਸਤਾਰਿਆਂ ਨਾਲ ਗੱਲਬਾਤ ਵੀ ਹੋਈ ਹੋਣੀ ਹੈ ਆ ਜੀ ਬੜੀ ਅਫਸੋਸ ਦੀ ਗੱਲ ਹੈ ਕਿ ਮੈਨੂੰ ਸਿਰਫ ਗੁਲਾਬ ਸਿੱਧੂ ਦਾ ਮੈਸੇਜ ਆਇਆ ਹੋਰ ਕਿਸੇ ਦਾ ਮੈਸੇਜ ਨਹੀਂ ਆਇਆ ਬੜੇ ਹੀ ਅਫਸੋਸ ਦੀ ਗੱਲ ਹੈ ਮੈਂ ਐਕਸਪੈਕਟ ਕਰ ਰਹੀ ਸੀ ਸਾਰੇ ਮੈਨੂੰ ਜਾਣਦੇ ਆ ਸਾਰਿਆਂ ਦੇ ਨਾਲ ਮੈਂ ਰਾਪਤੇ ਦੇ ਵਿੱਚ ਹੈਗੀਆਂ ਸਭ ਦੇ ਨਾਲ ਕੰਟੈਕਟ ਦੇ ਵਿੱਚ ਹੈਗੀਆਂ ਪਰ ਕਿਸੇ ਵੀ ਇੱਕ ਬੰਦੇ ਨੇ ਇਹ ਨਹੀਂ ਕਿਹਾ ਕਿ ਰਪਿੰਦਰ ਠੀਕ ਹੈ ਤੁਸੀਂ ਸ਼ੁਰੂ ਕਰ ਲਿਆ ਤੁਸੀਂ ਉਹਨਾਂ ਦੇ ਨਾਲ ਖੜੋ ਜਾ ਕੇ ਅਸੀਂ ਬਾਹਰ ਹੈਗੇ ਆ ਅਸੀਂ ਆਉਨੇ ਆ ਆਵਾਂਗੇ ਤੇ ਅਸੀਂ ਤੁਹਾਡੇ ਨਾਲ ਖੜਾਂਗੇ ਕੀ ਅਸੀਂ ਸਾਡੇ ਵਿੱਚ ਇੰਨੀ ਇਮੋਸ਼ਨਲੈਸ ਸੀ ਹੋ ਗਏ ਆ ਅਸੀਂ ਹਾਰਟਲੈਸ ਹੋ ਗਏ ਆ ਕਿ ਅਸੀਂ ਇੱਕ ਫੋਨ ਕਾਲ ਜਾਂ ਇੱਕ ਮੈਸੇਜ ਕਰਨ ਦੇ ਵਿੱਚ ਅਸੀਂ ਬੜਾ ਸਾਨੂੰ ਤੰਗੀ ਮਹਿਸੂਸ ਹੁੰਦੀ ਆ ਤੁਸੀਂ ਉੱਤੋਂ-ਉੱਤੋਂ ਹੀ ਕਹਿ ਦਿਓ ਤੁਸੀਂ ਉੱਪਰੋਂ-ਉੱਪਰੋਂ ਹੀ ਕਹਿ ਦਿਓ ਕਿ ਹਾਂ ਅਸੀਂ ਨਾਲ ਆ ਅ ਉਸ ਤੋਂ ਬਾਅਦ ਸਿਰਫ ਇੱਕ ਪੋਸਟ ਪਾ ਕੇ ਕੈਂਡਲ ਮਾਰਚ ਦੀ ਔਰ ਤੁਹਾਡਾ ਕੰਮ ਫਿਨਿਸ਼ ਐ ਨਹੀਂ ਹੁੰਦਾ ਤੇ ਸਾਨੂੰ ਠੀਕ ਹੈ ਫਿਰ ਇਸ਼ਤਿਆਰ ਰਹੀਏ ਅਗਰ ਅੱਜ ਨਹੀਂ ਤੁਸੀਂ ਖੜ ਸਕਦੇ ਨਾਲ ਤੇ ਫਿਰ ਜਦੋਂ ਤੁਹਾਡੇ ਨਾਲ ਐਵੇਂ ਹੋਊਗਾ ਤੁਹਾਡੇ ਨਾਲ ਵੀ ਕੋਈ ਨਹੀਂ ਖੜੂਗਾ ਕਿਉਂਕਿ ਇਹ ਤਾਂ ਐਸੀ ਚੀਜ਼ ਹੈਗੀ ਆ ਇੱਕ ਤੋਂ ਬਾਅਦ ਇੱਕ ਹਰ ਇੱਕ ਆਰਟਿਸ ਇਸ ਚੀਜ਼ ਦੇ ਵਿੱਚ ਯੂ نو ਐਂਡਰਜ ਹੋਇਆ ਕਿਸੇ ਨਾ ਕਿਸੇ ਤਰੀਕੇ ਨਾਲ ਬਹੁਤ ਸਾਰੇ ਕਲਾਕਾਰਾਂ ਨੂੰ ਤੁਸੀਂ ਪਾਸ ਦੇ ਵਿੱਚ ਚਲੋ ਪਰਮੇਸ਼ਵਰਵਾਂ ਨੂੰ ਅਰੇਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਇਲਾਵਾ ਹੋਰ بڑے ਨਾਮ ਨੇ ਜਿਨ੍ਹਾਂ ਦਾ ਕਈਆਂ ਦੀ ਗੱਲ ਬਾਹਰ ਆ ਗਈ ਕਈਆਂ ਨੂੰ ਪੁੱਗਿਆਂ ਦੀ ਪਤਾ ਨਹੀਂ ਲੱਗੀ ਸੋ ਕਿਤੇ ਨਾ ਕਿਤੇ ਹਰੈਸਮੈਂਟ ਹਰ ਇੱਕ ਬੰਦੇ ਹਰ ਇੱਕ ਤੋਂ ਫਰੋਤੀ ਦੀ ਮੰਗ ਹੁੰਦੀ ਆ ਰਹੀ ਹੈ